ਉਹਦਾ ਹੀ ਬਹੁਤ ਮੁਸ਼ਕਲ ਹੈ ਪਈ ਜਾਂਦਾ ਪਹਿਲੀ ਦਿੱਕਤ ਹੋ ਰਹੀ ਸੀ ਪਹਿਲਾਂ ਸਟੂਡੈਂਟ ਦਾ ਬੈਡ ਨਹੀਂ ਆਉਂਦਾ ਜੀ ਕਹਿੰਦਾ ਆਈਲੈਂਡ ਤੇ ਖਰਚਾ ਹੋ ਜਾਂਦਾ ਜੀ ਫਿਰ ਉਸ ਤੋਂ ਬਾਅਦ ਫਾਈਲ ਦਾ ਪ੍ਰੋਸੈਸ ਚੱਲ ਪੈਂਦਾਗਾ ਉਹਦੇ ਵਿੱਚ ਹੀ ਬਹੁਤ ਦਿੱਕਤ ਆਉਂਦੀ ਹੈਗੀ ਭਾਰਤੀ ਸਟੂਡੈਂਟਾਂ ਨੂੰ ਕੈਨੇਡਾ ਦੇ ਵਿੱਚ ਪੜ੍ਹਾਈ ਕਰਨੀ ਪਹਿਲਾਂ ਦੇ ਮੁਕਾਬਲੇ ਮਹਿੰਗੀ ਹੋ ਜਾਏਗੀ ਕਿਉਂਕਿ ਸਰਕਾਰ ਨੇ ਜੀਆਈਸੀ ਦੀ ਰਕਮ ਦੇ ਵਿੱਚ ਵਾਧोतरी ਕੀਤੀ ਹੈ ਪਹਿਲਾਂ 10000 ਡਾਲਰ ਫੀਸ ਲਈ ਜਾਂਦੀ ਸੀ ਹੁਣ ਵਧਾ ਕੇ 20000 ਤੋਂ ਜ਼ਿਆਦਾ ਕਰ ਦਿੱਤੀ ਹੈ ਪਰ ਸਟੂਡੈਂਟਾਂ ਦੀ ਜੇਬ ਦੇ ਉੱਪਰ ਕਿੰਨਾ ਅਸਰ ਪੈਣਾ ਆਪਾਂ ਗੱਲਬਾਤ ਸਟੂਡੈਂਟਾਂ ਨਾਲ ਕਰਦੇ ਆ ਕਿਹੜਾ ਸਰਕਾਰ ਨੇ ਫੈਸਲਾ ਕਿ ਜੀਆਈਸੀ ਡਬਲ ਕਰਤੀ ਪਹਿਲਾਂ ਦੇ ਮੁਕਾਬਲੇ ਪੌਕਟ ਤੇ ਅਸਰ ਕਿੰਨਾ ਐਥੇ ਦੇਖੋ ਕਾਫੀ ਅਸਰ ਪੈਂਦਾ ਹੀ ਉਹਨਾਂ ਨੇ ਡਬਲ ਕਰਤੀ ਹੈ ਹਾਲਾਤ ਪਹਿਲਾਂ ਹੀ ਨਹੀਂ ਕੁਝ ਸਹੀ ਹੈ ਗਈ ਵੈਸੇ ਵੀ ਕੈਨੇਡਾ ਤੇ ਇੰਡੀਆ ਦੇ ਹਾਲਾਤ ਸਹੀ ਨਹੀਂ ਹੈਗੇ ਤਾਂ ਕਰਕੇ ਕਹਿੰਦੇ ਡਬਲ ਕਰਕੇ ਹੋਰ ਵੀ ਕੰਮ ਗਲਤ ਕਰਤਾ ਕੁਝ ਨਾਰਮਲੀ ਨਾਰਮਲ ਬੰਦਾ ਅਫੋਰਡ ਨਹੀਂ ਕਰ ਸਕਦਾ ਤਾਂ ਕਰਕੇ ਉਹਨਾਂ ਨੂੰ ਬੈਂਕ ਤੋਂ ਲੋਨ ਲੈਣੇ ਪੈਂਦੇ ਆ ਹੋਰ ਵੀ ਜੇ ਆਪਾਂ ਸੋਚੀਏ ਇੱਕ ਆਮ ਬੰਦਾ ਭੇਜਿਆ ਉਹਦੇ ਬੱਚਾ ਨੂੰ ਤਾਂ ਮੈਨੂੰ ਲੱਗ ਕਿੰਨਾ ਔਖਾ ਕਿੰਨਾ ਹੋਣਾ ਸਟੂਡੈਂਟ ਨੂੰ ਜਦੋਂ ਸੋਚਦੇ ਆ ਕਿ ਹਰ ਪਹਿਲਾਂ ਸੋਚਦੇ ਆ ਮੈਂ ਕੈਨੇਡਾ ਹੀ ਜਾਣਾ ਕੈਨੇਡਾ ਹੀ ਜਾਣਾ ਹੈ ਕੈਨੇਡਾ ਦੇ ਹਾਲਾਤ ਪਹਿਲਾਂੋਂ ਚੇਂਜ ਹੋਏ ਨੇ ਪਰ ਹੁਣ ਜੀਬ ਦੇ ਉਪਸਰ ਪੈ ਰਹੇ ਨੇ ਪਹਿਲਾਂ ਦੇ ਮੁਕਾਬਲੇ ਡਬਲ ਹੋ ਗਈ ਹੈ ਹਾਂ ਤਾਂ ਇਹ ਬਹੁਤ ਮੁਸ਼ਕਲ ਹੈ ਪੈਸਾ ਤਾਂ ਪਹਿਲੀ ਦਿੱਕਤ ਹੋ ਰਹੀ ਸੀ ਪਹਿਲਾਂ ਸਟੂਡੈਂਟ ਤੇ ਬੈਡ ਨਹੀਂ ਆਉਂਦੇ ਜੀ ਕਹਿੰਦਾ ਆਈਲੈਂਡ ਤੇ ਖਰਚਾ ਹੋ ਜਾਂਦਾ ਜੀ ਫਿਰ ਉਸ ਤੋਂ ਬਾਅਦ ਫਾਈਲ ਦਾ ਪ੍ਰੋਸੈਸ ਚੱਲ ਬੰਦ ਹੈਗਾ ਉਹਦੇ ਵਿੱਚ ਹੀ ਬਹੁਤ ਦਿੱਕਤ ਆਉਂਦੀ ਹੈਗੀ ਤੇ ਸਾਨੂੰ ਪਤਾ ਹੀ ਹੈ ਪੰਜਾਬ ਦੇ ਹਾਲਾਤ ਪਹਿਲੀ ਐਗਰੀਕਲਚਰ ਦੇ ਤੇ ਬਾਕੀ ਹੋਰ ਬਿਜ਼ਨਸ ਠਾਪੀ ਕਿਉਂਕਿ ਜਿਆਦਾ ਸਟੂਡੈਂਟ ਪਹਿਲਾ ਕੈਨੇਡਾ ਨੂੰ ਤਰਜੀਹ ਦਿੰਦੇ ਸੀ ਕੈਨੇਡਾ ਜਾਣਾ ਕੈਨੇਡਾ ਜਾਣਾ ਹੈ ਕੀ ਕਾਰਨ ਪੀਆਰ ਸੌਖੀ ਹੈ ਉੱਥੇ ਕਾਰਨ ਕਿਉਂ ਕੈਨੇਡਾ ਨੂੰ ਕਿਉਂ ਬਸ ਆਹੀ ਸੋਡੜੀ ਗੱਲ ਜੀਏ ਪੀਆਰ ਨਹੀਂ ਸੀਗਾ ਮੇਨਤਾ ਜੀ ਪੀਆਰ ਕਰਕੇ ਜਾਂਦੇ ਸੀਗੇ ਪੀਆਰ ਵੀ ਕਹਿੰਦੇ ਵੀ ਛੇਤੀ ਮਿਲ ਜਾਂਦੀ ਆ ਬੱਚਾ ਪੱਕਾ ਛੇਤੀ ਹੋ ਜਾਂਦਾ ਕੰਮ ਦੀ ਕੰਮ ਤਾਂ ਹੁਣ ਹੋਰ ਹੀ ਮਾੜਾ ਹੋ ਗਿਆ ਤੇ ਬਾਕੀ ਹੁਣ ਆਹ ਕਰਕੇ ਤਾਂ ਜੰਮੀ ਬਾਸ ਹੁੰਦਾ ਠਾਪੀ ਹੋ ਗਿਆ ਇਹ ਕੰਮ ਜਦੋਂ ਖਬਰ ਸੁਣੀ ਕਿ ਜੀਏਸੀ ਡਬਲ ਕਰਤੀ ਕਿੰਨੇ ਸ਼ੌਕ ਦੇ ਸਟੂਡੈਂਟ ਖਾਸ ਕਰਕੇ ਹਾਂਜੀ ਬਹੁਤ ਸਟੂਡੈਂਟ ਸ਼ੌਕ ਹੋਏ ਕਿਉਂਕਿ ਜਿੰਨੇ ਹੁਣ ਆਪਾਂ ਨੂੰ 25-30 ਲੱਖ ਚ ਪੈ ਜਾਊਗਾ ਇੰਨਾ ਤਾਂ ਮੈਨੂੰ ਲੱਗਦਾ ਅਮਰੀਕਾ ਦੀ ਫੀਸ ਸੀ ਕਿ ਅਮਰੀਕਾ ਦੇ ਬਰਾਬਰ ਕਰਤਾ ਤੇ ਬਹੁਤ ਹੁਣ ਮੀਡਲ ਕਲਾਸ ਫੈਮਲੀਆ ਨੂੰ ਬਹੁਤ ਔਕਾ ਹੋਊਗਾ ਜਵਾਕਾਂ ਨੂੰ ਭੇਜਣਾ ਜਿਹਦੇ ਨਾਲ ਕਿ ਕਿਸੇ ਨੂੰ ਕਿਸੇ ਦਾ ਡ੍ਰੀਮ ਨਹੀਂ ਪੂਰਾ ਹੋਊਗਾ ਕੋਈ ਬਾਹਰ ਜਾ ਕੇ ਜਿੰਨੇ ਸਟੱਡੀ ਕਰਨੀ ਹੈ ਉਹ ਪੂਰੀ ਨਹੀਂ ਕਰ ਸਕਦਾ ਕਿਉਂਕਿ ਜੇ ਆਪਾਂ ਬੈਂਕ ਤੋਂ ਵੀ ਲੋਨ ਲੈਨੇ ਆ ਉਹਦੇ ਇੰਟਰਸਟ ਬਹੁਤ ਜ਼ਿਆਦਾ ਨਹੀਂਗੇ ਤੇ ਹਰੇਕ ਉਹਨੂੰ ਨਹੀਂ ਤਾਰ ਸਕਦਾ ਪਰ ਉਹਨਾਂ ਨੇ ਹੁਣ 6-7 ਲੱਖ ਵਾਧਾ ਕਰਤਾ ਤਾਂ ਮੀਡਲ ਕਲਾਸ ਨਹੀਂ ਅਫੋਰਡ ਕਰ ਸਕਦਾ ਇੱਕ ਪਾਸੇ ਮਗਾਈ ਤੇ ਦੂਸਰੇ ਪਾਸੇ ਫੀਸ ਡਬਲ ਹੋ ਗਈ ਜਿਹੜੇ ਬੱਚੇ ਸੋਚ ਰਹੇ ਨੇ ਕੈਨੇਡਾ ਜਾਣਾ ਹੈਗਾ ਔਖਾ ਕਿੰਨਾ ਉਹਨਾਂ ਨੂੰ ਯਾਰ ਕਾਫੀ ਔਖਾ ਸਰ ਬਿਕਾਜ਼ ਪਹਿਲਾ ਆਪਾਂ ਨੂੰ ਇੰਨਾ ਨਹੀਂ ਸੋਚਣਾ ਪੈਂਦਾ ਸੀ ਇੱਕ ਟਾਈਮ ਤੇ ਫਿਰ ਵੀ ਫੰਡਸ ਸ਼ੋਅ ਕਰ ਸਕਦਾ ਬੰਦਾ ਬਟ ਹੁਣ ਜਿਵੇਂ ਜਿਵੇਂ ਵੱਧ ਰਿਹਾ ਸੋ ਸਾਰੇ ਵਾਸਤੇ ਡਿਫਿਕਲਟ ਹੁੰਦਾ ਜਾ ਰਿਹਾ ਫੰਡਸ ਬਿਲਕੁਲ ਨਾ ਸਟੂਡੈਂਟ ਨੇ ਆਪ ਦੇ ਆਪ ਦੇ ਤਰੀਕੇ ਨਾਲ ਸੋਚ ਰਹੇ ਨੇ ਕਿਉਂਕਿ ਪਾਕਟ ਦੇ ਉੱਪਰ ਜਦੋਂ ਵਜ਼ਨ ਡਬਲ ਹੋ ਜਾਂਦਾ ਹੈ ਪੈਸੇ ਯਾਦ ਦੇਣੇ ਪੈਂਦੇ ਨੇ ਤਾਂ ਔਖਾ ਜ਼ਾਹਰ ਤੌਰ ਤੇ ਹੁੰਦਾ ਹੈ ਬੱਚੇ ਕਿਵੇਂ ਦੇਖਦੇ ਹੂ ਦੋ ਸਰਕਾਰ ਦਾ ਫੈਸਲਾ ਹੈ ਕਿ ਜੀਏਸੀ ਡਬਲ ਕਰਨੀ ਪੈਣੀ ਹੈ ਕਿਉਂਕਿ ਪਹਿਲੇ ਲੋਕ ਤਾਂ ਲੋਨ ਕਰਾ ਕੇ ਉੱਥੇ ਜਾ ਰਹੇ ਸੀਗੇ ਸਾਰਿਆਂ ਲਈ ਬਹੁਤ ਔਖਾ ਹੈ ਜੀ ਕਿਉਂਕਿ ਸਾਰੇ ਡਿਪੈਂਡ ਕਰਦੇ ਆ ਫਾਰਮਿੰਗ ਤੇ ਤੇ ਜੇ ਉਨੀ ਇਨਕਮ ਨਹੀਂ ਆਉਗੀ ਤਾਂ ਫਿਰ ਜਿਹੜੀ ਫੀਸ ਹੈਗੀ ਜੀਏਸੀ ਹੈ ਉਹ ਡਬਲ ਕਰਕੇ ਉਹ ਵੀ ਨਹੀਂ ਭਰਿਆ ਜਾਊਗਾ ਤੇ ਜਿਹੜੇ ਸਮ ਨਾਲ ਦੇਖਿਆ ਜਾਂਦਾ ਹੈ ਹਾਲਾਤ ਬਹੁਤ ਮਾੜੇ ਨੇ ਦੋਨਾਂ ਕੰਟਰੀਆਂ ਦੇ ਵਿੱਚ ਤੇ ਜੇ ਮਹਿੰਗਾਈ ਜ਼ਿਆਦਾ ਹੋ ਗਈ ਤੇ ਇਹਦੇ ਕਰਕੇ ਸਾਰੇ ਕਿਸੇ ਤੇ ਇਫੈਕਟ ਪਊਗਾ ਤੇ ਬਾਕੀ ਜੇ ਕੈਨੇਡਾ ਦੇ ਹਾਲਾਤ ਨੂੰ ਵੀ ਦੇਖੇ ਜਾਣ ਤਾਂ ਪੀਆਰ ਲੈਣੀ ਬਹੁਤ ਔਖੀ ਹੈ ਕਿਉਂਕਿ ਡਰਾ ਬਹੁਤ ਉੱਚੇ ਚੜ ਰਹੇ ਹੈ ਉਹ 700 ਤੱਕ ਡਰਾ ਪਹੁੰਚ ਚੁੱਕਿਆ ਹੈਗਾ ਪੀਆਰ ਲਈ ਤੇ ਜਿਹੜਾ ਕਿ ਔਖਾ ਹੈ ਪੁਆਇੰਟ ਕੱਢਨੇ ਸਟੂਡੈਂਟ ਲਈ ਬਹੁਤ ਔਖੀ ਹੋ ਰਹੀ ਹੈ ਤੇ ਪੀਆਰ ਮਿਲਣੀ ਵੀ ਬਹੁਤ ਔਖੀ ਹੋ ਰਹੀ ਹੈ ਤੇ ਜੀਆਈਸੀ ਕਰਕੇ ਹੁਣ ਡਬਲ ਕਰਤੀ ਹੋਈ ਫੀਸ ਤੇ ਇਹ ਸਾਡੇ ਲਈ ਸਭ ਲਈ ਮੁਸ਼ਕਲ ਕਰ ਰਹੇ ਹੈ ਲੱਗਦਾ ਪਹਿਲਾਂ ਦੇ ਮੁਕਾਬਲੇ ਸਟੂਡੈਂਟ ਥੋੜੀ ਸੋਚ ਬਦਲੀ ਹੈ ਜਿਵੇਂ ਪਹਿਲਾਂ ਹਰੇਕ ਨੇ ਮੈਂ ਕੈਨੇਡਾ ਹੀ ਜਾਣਾ ਮੈਂ ਕੈਨੇਡਾ ਹੀ ਜਾਣਾ ਹੈ ਪਹਿਲਾਂ ਰਿਸ਼ਤਿਆਂ 'ਚ ਫਰਕ ਪਿਆ ਇੰਡੀਆ ਤੇ ਕੈਨੇਡਾ ਦਾ ਹੁਣ ਦੂਸਰੇ ਜੀਆਈਸੀ ਡਬਲ ਹੋ ਗਈ ਹੈ ਲੱਗਦਾ ਸਟੂਡੈਂਟਾਂ ਨੇ ਸੋਚ ਪਧਰੀ ਪਹਿਲਾਂ ਦੇ ਮੁਕਾਬਲੇ ਹਾਂਜੀ ਜਿਸ ਤਰ੍ਹਾਂ ਦੇਖਿਆ ਜਾਂਦਾ ਵੀ ਪਹਿਲਾਂ ਬਹੁਤ ਸਾਰੇ ਸਟੂਡੈਂਟਸ ਸੀਗੇ ਡਿਫਰੈਂਟ ਡਿਫਰੈਂਟ ਕੰਟਰੀ ਤੇ ਜਾਂਦੀ ਸੀ ਸਟੱਡੀ ਲਈ ਪਰ ਹੁਣ ਜਿਹੜੀ ਅਮਾਊਂਟ ਹੈ ਸਟੂਡੈਂਟ ਦੀ ਸਟੱਡੀ ਕਰਨ ਲਈ ਹੈਨਾ ਫੋਰਨ ਫੋਰਨ ਲਈ ਤੇ ਉਹ ਘਟ ਗਈ ਹੈ ਅੱਗੇ ਨਾਲੋਂ ਕੁਝ ਤਾਂ ਸ਼ੈਸ਼ਨ ਕਰਕੇ ਹੋਇਆ ਤੇ ਕੁਝ ਉਹ ਇੱਥੇ ਰਹਿ ਕੇ ਕੁਝ ਕਰਨਾ ਚਾਹੁੰਦੇ ਆ ਐਨਾ ਪੈਸਾ ਖਰਚਣ ਦੇ ਬਜਾਏ ਫੋਰਨ ਕੰਟਰੀ ਜਾਂਦੇ ਬਜਾਏ ਸਰਦ ਸਾਹਿਬ ਕਾਫੀ ਲੰਬੇ ਟਾਈਮ ਸੀ ਇਸ ਚੀਜ਼ ਦੇ ਨਾਲ ਜੁੜੇ ਹੋਏ ਹੋ ਬੱਚਿਆਂ ਨੂੰ ਕੋਚਿੰਗ ਦਿੰਨੇ ਹੋ ਬਹੁਤ ਬੱਚੇ ਬਾਹਰ ਗਏ ਨੇ ਤੁਹਾਡੇ ਪੜ੍ਹਾਏ ਹੋਏ ਅਸਰ ਕਿੰਨਾ ਪਿਆ ਸਰਕਾਰ ਦੇ ਇਸ ਫੈਸਲੇ ਦਾ ਸਟੂਡੈਂਟ ਦੇ ਉੱਪਰ ਦੇਖੋ ਇਹ ਜਿਹੜਾ ਫੈਸਲਾ ਹੈ ਆਪਾਂ ਨੂੰ ਦੋਨੋਂ ਨਜ਼ਰੀਏ ਨਾਲ ਦੇਖਣਾ ਪਏਗਾ ਦੇਖੋ ਸਟੂਡੈਂਟਸ ਲਈ ਤਾਂ ਇਹ ਔਖਾ ਹੈ ਰਾਈਟ ਕਿਉਂਕਿ ਪਹਿਲਾ ਹੀ ਆਪਣਾ ਜਿਹੜਾ ਇਨਕਮ ਤਾਂ ਕਾਫੀ ਕਿਉਂਕਿ ਆਲਮੋਸਟ ਡਬਲ ਹੋ ਗਿਆ ਵੱਡੀ ਗੱਲ ਇਹ ਹੈ ਉਹ ਫਰਕ ਪਿਆ ਪਰ ਦੂਜਾ ਨਜ਼ਰੀਆ ਇਹ ਹੈਗਾ ਵੀ ਜਿਹੜੇ ਕੈਨੇਡਾ ਦੀ ਸਰਕਾਰ ਹੈ ਉਹ ਸੋਚਦੀ ਹੈ ਕਿਉਂਕਿ ਉੱਥੇ ਮਹਿੰਗਾਈ ਵੀ ਹੋ ਗਈ ਸਾਰਾ ਕੁਝ ਹੋ ਗਿਆ ਤਾਂ ਸਟੂਡੈਂਟਸ ਨੇ ਜਿਹੜੇ ਉਹ ਟੈਨਸ਼ਨ ਚ ਰਹਿੰਦੇ ਨੇ ਬਹੁਤ ਜ਼ਿਆਦਾ ਸਟ्रेस ਹੋ ਗਿਆ ਉਹਨਾਂ ਨੂੰ ਉੱਥੇ ਉਹ ਨਹੀਂ ਕਰ ਰਹੇ ਤਾਂ ਉਹਨਾਂ ਨੇ ਇੱਕ ਕਿਸਮ ਦਾ ਸਟੂਡੈਂਟਸ ਉਹਦੇ ਬਿਹਤਰੀ ਵਾਸਤੇ ਸੋਚਿਆ ਕਿ ਉਹ ਬਿਨਾ ਕਿਸੇ ਸਟ੍ਰੈਸ ਤੋਂ ਉਥੇ ਪੜ ਸਕਣ ਕਿਉਂਕਿ ਇੱਕ ਵਾਰੀ ਪੇਰੈਂਟਸ ਪੈਸੇ ਖਰਚ ਦਿੰਦੇ ਆ ਬਾਅਦ ਵਿੱਚ ਮੰਗਾਉਣੇ ਬੜੇ ਔਖੇ ਹੁੰਦੇ ਆ ਸਟੂਡੈਂਟ ਨੂੰ ਤਾਂ ਉਹਨਾਂ ਦੀ ਐਕਸਪਲੋਇਟੇਸ਼ਨ ਨਾ ਹੋਵੇ ਬੱਚਿਆਂ ਦੀ ਉਹ ਗਲਤ ਕੰਮਾਂ 'ਚ ਨਾ ਪੈ ਜਾਣ ਇਸ ਕਰਕੇ ਉਹਨਾਂ ਨੇ ਇਹ ਜਿਹੜਾ ਹੈ ਡਬਲ ਜਿਹੜਾ ਹੈ ਪੋਜ਼ਿਟਿਵ ਤਰੀਕੇ ਨਾਲ ਸੋਚ ਰਹੇ ਬੇਸ਼ੱਕ ਜੇਬ ਤੇ ਭਾਰੀ ਜ਼ਰੂਰ ਹੈ ਪਰ ਪੋਜ਼ਿਟਿਵ ਤਰੀਕੇ ਨਾਲ ਸੋਚ ਰਹੇ ਹਾਂ ਦੂਜੀ ਗੱਲ ਇਹ ਹੈ ਵੀ ਆਪਾਂ ਇਹਨੂੰ ਇਸ ਤਰ੍ਹਾਂ ਵੀ ਸੋਚ ਸਕਦੇ ਆ ਵੀ ਇਹ ਕੋਈ ਖਰਚਾ ਨਹੀਂ ਹੋਇਆ ਹੈਗਾ ਇਹ ਉਹਨਾਂ ਦੇ ਹੀ ਪੈਸੇ ਨੇ ਤੇ ਉਹ ਉੱਥੇ ਬੈਂਕ ਚ ਜਾਂਦਾ ਜਦੋਂ ਮਰਜੀ ਵਰਤ ਸਕਦਾ ਹਾਂ ਵੀ ਜਦੋਂ ਮਰਜੀ ਵਰਤ ਸਕਦੇ ਆ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਨਾਂ ਨੇ ਆਪਣੀ ਕੋਈ ਵੀਜ਼ਾ ਫੀਸ ਵਧਾਤੀ ਜਾਂ ਉਹਨਾਂ ਨੇ ਕੁਝ ਹੋਰ ਕਰਤਾ ਜਾਂ ਕਾਲਜਸ ਨੇ ਆਪਣੀ ਫੀਸ ਵਧਾਤੀ ਆ ਆ ਫਿਰ ਉਹਦਾ ਬਹੁਤ ਵੱਡਾ ਅਸਰ ਪੈਣਾ ਸੀਗਾ ਪਰ ਕਿਉਂਕਿ ਸਟੂਡੈਂਟ ਦੇ ਹੀ ਪੈਸੇ ਨੇ ਤਾਂ ਉਹ ਸੋਝ ਆਪਣੇ ਸੋਝ-부ਝ ਨਾਲ ਜੇ ਉਹਨਾਂ ਨੂੰ ਵਰਤੇਗਾ ਤਾਂ ਇਹਦਾ ਮਤਲਬ ਕੋਈ ਯਾਦਾ ਵੱਡਾ ਅਸਰ ਵੀ ਨਹੀਂ ਹੋਏਗਾ ਹਾਂ ਇੱਕ ਵਾਰੀ ਪੇਰੈਂਟਸ ਲਈ ਬਹੁਤ ਆਫ ਹੈ ਪਰ ਇਹ ਤਾਂ ਲੱਗਦਾ ਨਾ ਅੱਗੇ ਜਿਵੇਂ ਲੋਨ ਕਰਾ ਕੇ ਜਿਹੜੇ ਖਾਸ ਤੌਰ ਤੇ ਦਿਹਾਤੀ ਇਲਾਕੇ ਚੋਂ ਆਨੇ ਬੱਚੇ ਜਾਂਦੇ ਸੀ ਉੱਥੇ ਲੋਨ ਕਰਾ ਲਿਆ ਕਿਸ ਨੇ ਲਿਮਟ ਕਰਾ ਲਈ ਕਿਸ ਨੇ ਸਟੱਡੀ ਲੋਨ ਕਰਾ ਲਿਆ ਲੱਗਦਾ ਉਹਦੀ ਅਮਾਉਂਟ ਤਾਂ ਕਿਤੇ ਡਬਲ ਹੋ ਜੂਗੀ ਹਾਂ ਨਹੀਂ ਬਿਲਕੁਲ ਉਹੀ ਮੈਂ ਕਹਿ ਰਿਹਾ ਵੀ ਪੇਰੈਂਟਸ ਨੂੰ ਇੱਕ ਵਾਰੀ ਤਾਂ ਬਿਲਕੁਲ ਮਤਲਬ ਔਖਾ ਤਾਂ ਹੈ ਹੀ ਹੈ ਠੀਕ ਹੈ ਨਾ ਤੇ ਲੇਕਿਨ ਫਿਰ ਹੁਣ ਸਰਕਾਰ ਵੀ ਇਹਦੇ ਵਿੱਚ ਕੁਝ ਨਹੀਂ ਕਰ ਸਕਦੀ ਹੈ ਨਾ ਕਿਉਂਕਿ ਉੱਥੇ ਰੈਂਟ ਵਧ ਗਏ ਗਰੋਸਰੀ ਦੇ ਮਤਲਬ ਮਹਿੰਗਾਈ ਕਾਫੀ ਵਧ ਗਈ ਤੇ ਸਟੂਡੈਂਟਸ ਬਹੁਤ ਹੀ ਜ਼ਿਆਦਾ ਟੈਨਸ਼ਨ 'ਚ ਸੀਗੇ ਸਟ्रेस 'ਚ ਸੀਗੇ ਔਰ ਗਲਤ ਰਸਤੇ ਵੀ ਪੈ ਰਹੇ ਸੀਗੇ ਤਾਂ ਇਸ ਗੱਲ ਨੂੰ ਰੋਕਣ ਵਾਸਤੇ ਸਰਕਾਰ ਨੇ ਕੀਤਾ ਹੈਗਾ ਤੇ ਇਸ ਕਰਕੇ ਇਹ ਮਜਬੂਰੀ ਚ ਲੈਤਾ ਹੋਇਆ ਸਟੈਪ ਹੈ ਸਰਕਾਰ ਦਾ ਠੀਕ ਹੈ ਨਾ ਮਤਲਬ ਇਹ ਨਹੀਂ ਉਹਨਾਂ ਇਸ ਕਰਕੇ ਨਹੀਂ ਵਿਧਾਇਆ ਕਿ ਉਹ ਰੋਕਣਾ ਚਾਹੁੰਦੇ ਆ ਡਿਸਕਰੇਜ ਕਰਨਾ ਚਾਹੁੰਦੇ ਆ ਉਹ ਚਾਹੁੰਦੇ ਵੀ ਸਟੂਡੈਂਟਸ ਇੱਥੇ ਘਟਾਉਣ ਇਹ ਫੈਸਲਾ ਇਸ ਕਰਕੇ ਨਹੀਂ ਲਇਤਾ ਗਿਆ ਇਹ ਫੈਸਲਾ ਸਟੂਡੈਂਟਸ ਦੀ ਬਿਹਤਰੀ ਵਾਸਤੇ ਬਿਹਤਰੀ ਵਾਸਤੇ ਲਇਤਾ ਗਿਆ ਸਰ ਤੁਸੀਂ ਕਿਵੇਂ ਦੇਖਦੇ ਹੋ ਤੁਹਾਡੀ ਡੇਲੀ ਸਟੂਡੈਂਟਾਂ ਨੂੰ ਕੋਚਿੰਗ ਦੇਣੇ ਉਹ ਪੜਾਣੇ ਉਹ ਗੱਲਾਂ ਕਰਦੇ ਆ ਸਟੂਡੈਂਟ ਤੁਹਾਡੇ ਨਾਲ ਖਬਰ ਸੁਣਨ ਤੋਂ ਬਾਅਦ ਕਿਵੇਂ ਕਰਾਂਗੇ ਔਖਾ ਹੋ ਜੂਗਾ ਹਾਂਜੀ ਬਿਲਕੁਲ ਜਿਵੇਂ ਸਰ ਨੇ ਕਿਹਾ ਇੱਕ ਵਾਰ ਪੇਰੈਂਟਸ ਨੂੰ ਇੰਨਾ ਅਮਾਉਂਟ ਅਰੇਂਜ ਕਰਨਾ ਇੱਕਦਮ ਬਾਤ ਔਖਾ ਹੈ ਪਹਿਲਾਂ ਹੀ ਵਿਚਾਰੇ ਹੋਸਟ ਲੋਨ ਸਨਾਂ ਸਟੂਡੈਂਟ ਲੈ ਕੇ ਮਸਾਂ ਕਿਤੇ ਸਾਰ ਦੇ ਸੀਗੇ ਹੁਣ ਸਟਾਰਟਿੰਗ ਤੇ ਇੱਕ ਵਾਰ ਇੰਨਾ ਪੈਸਾ ਅਰੇਂਜ ਕਰਨਾ ਬਹੁਤ ਔਖਾ ਹੈ ਬਟ ਜੇ ਆਪਾਂ ਜਿਵੇਂ ਸਰ ਨੇ ਕਿਹਾ ਆਪਾਂ ਜੇ ਇੱਕ ਲੰਬੀ ਸੋਚ ਰੱਖੀਏ ਤਾਂ ਅੱਗੇ ਜਾ ਕੇ ਸਟੂਡੈਂਟ ਨੂੰ ਇਹਦਾ ਕੋਈ ਨੁਕਸਾਨ ਤਾਂ ਨਹੀਂ ਬਲਕਿ ਫਾਇਦਾ ਹੋ ਸਕਦਾ ਹੈ ਕਿ ਕੱਲ ਨੂੰ ਉੱਚਾ ਕਿ ਸਟੂਡੈਂਟ 24 ਘੰਟੇ ਦਵਾਚ ਰਹਿੰਦਾ ਕੀ ਕੰਮ ਨਾਲ ਕਰੇ ਕਰੋ ਪੈਸੇ ਦੁਆਰਾ ਕਿਵੇਂ ਮੰਗਾਈਏ ਕਿਵੇਂ ਮੰਗਾਈਏ ਘੱਟੂ ਘਾਟਿਕ ਬੈਕ ਆਫ ਦ ਮਾਈਂਡ ਆਫ ਸਿਕਿਉਰਟੀ ਰਹੇਗੀ ਕਿ ਚਲੋ ਬੈਂਕ ਦੇ ਵਿੱਚ ਇੱਕ ਵਾਰ ਇੰਨਾ ਪੈਸਾ ਹੈਗਾ ਤਾਂ ਆਪਾਂ ਸਟਾਰਟਿੰਗ ਤੇ ਇੱਕ ਵਾਰੀ ਇੰਨਾ ਪੈਸਾ ਮੈਨੇਜ ਕਰਨਾ ਹੈ ਤਾਂ ਬਹੁਤ ਔਖਾ ਬਿਲਕੁਲ ਕਿਤਨੇ ਕਿਤੇ ਜਾ ਕੇ ਵਿੱਤੀ ਬੋਝ ਤਾਂ ਸਟੂਡੈਂਟ ਦੇ ਉੱਪਰ ਹੈਗਾ ਕਿਉਂਕਿ ਮਹਿੰਗੇ ਲੋਨ ਮਹਿੰਗੀ ਸਟੱਡੀ ਕਰਵਾਉਣੀ ਹੈ ਪਰ ਕਿਤਨੇ ਕਿਤੇ ਜਾ ਕੇ ਜਿਸ ਤਰ੍ਹਾਂ ਸਰ ਦੱਸ ਰਿਹਾ ਕਿ ਇਹ ਪੈਸਾ ਸਟੂਡੈਂਟ ਦਾ ਹੈ ਜਦੋਂ ਮਰਜ਼ੀ ਵਰ ਸਕਦੇ ਨੇ ਤਾਂ ਕਰਕੇ ਸਟੂਡੈਂਟ ਦੀ ਬਿਹਤਰੀ ਦੇ ਲਈ ਉਤੋਂ ਸਰਕਾਰ ਨੇ ਇਸ ਤਰ੍ਹਾਂ ਦਾ ਕਦਮ ਚੁੱਕਿਆ ਹੋਵੇਗਾ ਬਟੰਡਾ ਤੋਂ ਸੂਰਜਪਾਲ న్యూਸ 18 ਪੰਜਾਬ